ਯਾਰ ਕਿਤੇ ਮੈਂ ਤੇ ਸਵੇਰੇ ਤਾਂ ਗੁੱਲੇ ਨਾ ਦੁਕਾਨ ਤੇ ਗਿਆ ਕਿਨੇ ਕਹਿਣੀ ਘਰੂ ਪਤਾ ਕਿਤੇ ਉੱਥਾ ਕਹਿਣਾ ਵੇ ਖੈਰ ਯਾਰ ਪਿਉ ਦੀ ਤੇ ਕੋਈ ਯਾਦ ਆ ਗਈ ਲੇਟ ਚੌਰ ਸਾਹਿਬ ਮਿਸਰੀ ਸਾਹਿਬ ਮੁੰਡੇ ਜੀਂਦੇ ਪਤਾ ਨਾ ਲੱਗਦਾ ਅੱਬੇ ਵਾਲਦੈਨ ਦੀ ਵੈਲਿਊ ਦਾ ਜਿਹੜੇ ਫੌਤ ਹੈ ਤਾਂ ਵਾਲਾ ਪਤਾ ਲੱਗਿਆ ਡਿਸਕੋ ਸਾਈਂ ਕਾਲਾ ਜੀਂਦਾ ਹਾਂ ਤੇ ਤੇ ਕੋਈ ਸਮਝੇ ਨਾ ਹਵੇ ਹੀ ਬੂਟ ਪਟੰਗਿਆ ਨਾ ਕੀਤਾ ਕਰ ਫਲਾਣਾ ਕੀਤਾ ਕਰ ਡਿਉ ਲਾਖਣ ਨਾ ਮਨੇ ਨਾ ਆਵੇ ਜੀਂਦਾ ਤੇ ਕਲੋ ਟੈਂ ਦਾਣੇ ਨੇ ਭਰਿਆ ਕੜਿਆ ਹੁੰਦਾ ਤਾਜ਼ਾ ਮਣ ਗਿੰਦਾ ਕਣੀ ਮੇ ਕੋ ਸਭ ਚਾਹਦਾ ਪਤਾ ਪਿਓ ਮਾ ਦਾ ਇਹ ਬਖਤ ਹੁੰਦਾ ਬੇਵਕੂਫਾ ਬਲਾ ਤੂੰ ਕਿਆ ਸਮਝਦੇ ਹੋ ਕੋ ਇੱਕ ਸਾਲ ਮੈਂ ਇਮਾਮ ਵਰਗਾ ਬਣਦਾ ਰਹਿ ਗਿਆ ਪੂਰਾ ਸਾਲ ਜਿੱਤੀ ਦੁਬਾਰਾ ਬੇਇੱਜ਼ਤੀ ਜਿੰਦਾ ਰਹਿ ਗਏ ਇੱਕ ਨਹੀਂ ਹਰ ਕੰਮ ਨਹੀਂ ਰੁਕਿਆ ਯਕੀਨ ਕਰ ਇਵੇਂ ਬਾਲ ਜੋ ਸ਼ੋਰ ਕਰੇ ਨਾ ਤਾਂ ਅੱਜ ਕੱਲ੍ਹ ਤੇ ਬਾਲ ਹੁਣ ਤੁਹਾਡੇ ਇਮਾਮ ਵਰਗਾ ਦਾ ਹਾਲਾਤ ਦੇ ਗਿਆ ਮਸਜਿਦ ਜੇ ਸ਼ੋਰ ਸ਼ਰਾਬਾ ਆਉਂਦਾ ਹਿਸਾਬ ਥੀ ਨਾ ਪਈ ਕਿਤਾਬ ਥੀ ਨਾ ਪਈ ਫਲਾਂ ਦੀ ਨਾ ਪਈ ਕੋਈ ਈ ਲੜਿਆ ਪਈ ਕੋਈ ਊਂ ਲੜਿਆ ਪਈ ਮਸਜਿਦ ਦਾ ਮੀਨਾਰ ਨਹੀਂ ਬਣਵਾ ਸਕਿਆ ਅੱਜ ਤੱਕ ਖਲੀਲ ਚਾਹ ਜੋ ਫੌਤ ਹੈ ਇਹ ਦੇਖ ਗਏ ਇਹ ਹੁਣ ਉਹ ਜ਼ਵਾਰੀ ਬਣਵੈਂਦੇ ਹਨ ਉੱਤੇ ਇਮਾਮ ਵਰਗਾ ਦੇ ਉਹ ਨਹੀਂ ਬਣਵਾ ਸਕਦੇ ਪਏ ਉਹ ਅਲਮ ਬਣਵੈਂਦੇ ਨਾ ਗੁੰਮੇ ਕੋ ਆਖਿਆ ਸਟਾਰ ਬਣਾ ਦੇ ਵਿੱਚ ਅਲਮ ਲੈ ਸੂ ਉਹ ਨਹੀਂ ਬਣਵਾ ਸਕਦੇ ਪਏ ਜਿਹੜਾ ਸ਼ੋਦਾ ਓਨ ਸ਼ਾ ਕੰਮ ਕਰਵੇ ਨਾ ਖੜਾ ਹੁਣ ਕੋ ਖਲੀਲ ਸ਼ਾ ਬੇਇੱਜ਼ਤੀ ਦੀ ਸਪੋਰਟ ਹੈ ਉਹ ਆਦਮ ਮੈਂ ਬੈਠਾ ਜਿਹੜੀ ਛੱਤ ਦਾ ਦਿਲ ਕਰੇ ਪੰਜ ਕਰ ਮੈਂ ਮਾਲਕ ਬੈਠਾ ਮੈਂ ਡਰਦਾ ਸ਼ਰਦਾ ਕਹੀਂ ਕਿ ਇਹ ਜਿਹੜਾ ਜਵਾਨ ਆ ਕਿ ਜਿਹੜੇ ਨਾਹਰ ਰੋਕੀ ਖੜਾ ਹੈ ਤੁਹਾਡੇ ਚ ਮੁੜੀ ਉਹ ਕੁਆਲਟੀਆਂ ਕਹਿ ਨਹੀਂ ਖੁਦਾ ਦੇ ਬੰਦੇ ਕੱਢਣ ਤੁਸੀਂ ਅਕਲ ਸਿੱਖੋ ਹੁਣ ਨੇ ਦੇ ਆ ਕੇ ਤੇ ਮੁੜੀ ਬਾਲ ਨਹੀਂ ਚੁੱਪ ਕਰੇ ਨੇ ਨਾ ਤਾਂ ਬਾਲ ਓਏ ਚੁੱਪ ਰਹਿ ਜਵਾਨ ਬੈਠੇ ਪਰੋਂ ਹੁਣ ਇਤਨੀ ਦਹਿਸ਼ਤ ਹੈ ਅੱਜ ਤੱਕ ਕੋਈ ਕਾਂ ਕਹਿਣਾ ਪਕੜ ਗਿਆ ਜਿੱਤੇ ਦੁਬਾਰਾ ਵਸਤੇ ਅੱਲਾ ਬੈ ਦੋ ਸਦਰ ਰਹਿ ਗਏ ਵਸਤੇ ਅੱਲਾ ਬੈ ਕੇ ਜੋ ਬਾਜ਼ਾਰ ਚ ਵਾਕੀ ਮੈਂ ਹਾਂ ਹੁਣ ਪੁਲਿਸ ਵਾਲਿਆਂ ਦੀ ਆਪਣੀ ਮਰਜ਼ੀ ਹੈ ਪਰਚਾ ਕੇਸ ਹੋਵੇ ਜਾਂ ਨਾ ਹੋਵੇ ਉਹ ਚੰਦੇ ਉਹ ਪੇਵੇਂ ਨਹੀਂ ਇਹ ਸਦਰ ਬੇਟੇ ਨਾਲ ਕੱਲ ਦੇ ਉਹ ਹੱਤੂ ਵੇਨ ਦਾਣੇ ਤੇ ਇਹ ਬੇਕਨੇ 2-4 ਹਜ਼ਾਰ ਖਾ ਪੀ ਆਇਆ ਉਹ ਦੋ ਆਪਣਾ ਹਾਂ ਵੇਲਾ ਕਰ ਆਇਆ ਸਦਰ ਆਇਆ ਤੇ ਸੀ ਅੱਜ ਕੱਲ ਮਿਆਰ ਕਿ ਨਹੀਂ ਰਹਿ ਗਿਆ ਨਾ ਤੁਸੀਂ ਬਸ ਮਿਸਤਰੀ ਸਾਹਿਬ ਕੋਈ ਨਹੀਂ ਰਹਿ ਗਿਆ ਸਾਡਾ ਯਕੀਨ ਕਰ ਵੈਲਿਊ ਨਹੀਂ ਰਹਿ ਗਈ ਹੁਣ ਪਤਾ ਲੱਗਦੇ ਅੱਬਾ ਅੱਬਾ ਹੁੰਦੇ ਹਾਂ ਇਹ ਕੋਈ ਸ਼ਕਲ ਓਏ ਖੁਦਾ ਦਾ ਬੰਦਾ ਦਬੰਗ ਬੰਦਾ ਹੈ ਪਿਓ ਤੇਰਾ ਦਿਲੇਰ ਹਾਂ ਮੈਂ ਨਹੀਂ ਪਰੇਸ਼ਾਨ ਹਾਂ ਕਿ ਅੱਜ ਕੱਲ ਦੇ ਜਿਹੜੇ ਲੋਕ ਲੜੇ ਪੈਨ ਉਹ ਬਾਅਦ ਮੈਂ ਵੱਡਾ ਹਾਂ ਉਹ ਬਾਅਦ ਮੈਂ ਵੱਡਾ ਹਾਂ ਜਿਹੜਾ ਬੰਦਾ ਕੁਰਸੀ ਦੀ ਖਾਤਰ ਲੜੀ ਅਪਰੋਚ ਦੀ ਖਾਤਰ ਲੜੀ ਸਮਝੀ ਚੋਰੀ ਇਹ ਮੇਰੀ ਗੱਲ ਯਾਦ ਰੱਖੀ ਜਿਹੜਾ ਇਮਾਨਦਾਰ ਹੋ ਸਾ ਜਿਹੜਾ ਉਹ ਬਿਲਕੁਲ ਸਿੱਧਾ ਸਾਦਾ ਬੰਦਾ ਹੋ ਜੀ ਕੁਰਸੀ ਉਹ ਆਪੇ ਟੋਰ ਬੰਦੀ ਆਣਗੇ ਇਹ ਗੱਲ ਹੈ ਚੋਰ ਬੰਦੇ ਵੀ ਅਸਾਂ ਖਾਂ ਉਹ ਬਾਅਦ ਅਸਾਂ ਖਾਂ ਉਹ ਬਾਅਦ ਅਸਾਂ ਖਾਂ ਪਰ ਤਾ ਕੋ ਇਹ ਪਤਾ ਕਹਿ ਨਹੀਂ ਹਿੰਦਾ ਹਿਸਾਬ ਵੀ ਦੇਵਣੇ ਨਿਵੇਂ ਗੱਲ ਹੈ ਨਿਵੇਂ ਗੱਲ ਅੱਜ ਤੇ ਕੋ ਪਿਓ ਡਾਢਾ ਯਾਦ ਹੈ ਬੇਟੇ ਪੁਰਾਣਾ ਕੂਲਾਰਾ ਖੈਰ ਹੈ ਕਬਰਿਸਤਾਨ ਗੁਲੇ ਨਾ ਆ ਗਈ ਦੁਕਾਨ ਤੇ ਗਿਆ ਮੈਂ ਖਤ ਕਿਉਂ ਪਰੇਸ਼ਾਨ ਹੈ ਯਾਰ ਇਹ ਦਮ ਕਹੀ ਤੂੰ ਬਾਦਸ਼ਾਹ ਜਨ ਗਏ ਮੇਕਅਪ ਦਾ ਕੋਈ ਸਮਾਨ ਗਿਣਾ ਤੇਰੇ ਕਨੇ ਅੱਜ ਕੱਲ ਇਤਨੀ ਮਹਿੰਗਾ ਸਮਾਨ ਅੰਦਾ ਪੇ ਸਮਝ ਨਹੀਂ ਆਂਦੀ ਬੰਦਾ ਸ਼ਾਦੀ ਕਰੇ ਜਾਂ ਨਾ ਕਰੇ ਬੜੀ ਪਰੇਸ਼ਾਨੀ ਹੈ ਅਜੇ ਮੈਨੂੰ ਕੋਈ ਸਮਝ ਨਹੀਂ ਆਂਦੀ ਅਸਮੀਲ ਚਾਹ ਸਾਹਿਬ ਇਹ ਪਹਿਲੇ ਦੌਰ ਜਿਹੜਾ ਨਾ ਮੇਕਅਪ ਸਸਤਾ ਹੁੰਦਾ ਇਹ ਕੁਆਰੀ ਗੱਲਾਂ ਤੇ ਰੋਂਦੀਆਂ ਹਨ ਪੂਰੇ ਟੱਬਰ ਕੋ ਹੁਣ ਜ਼ਰੀ ਇੱਕ ਰੋਵਣ ਪੋਵੇ ਪਿਛਲੀ ਟਿਸ਼ੂ ਚਾਰੀ ਨਹੀਂ ਹੈ ਕਿ ਨਹੀਂ ਚੁੱਪ 35,000 ਲਗਾ ਪਏ